ਲਈ ਪਹੁੰਚੇ। ਆਪ ਆਗੂ ਤੇ ਹਮਲਾ ਕਰਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧੀ ਸਿਵਲ ਹਸਪਤਾਲ ਫਲੌਰ ਵਿਖੇ ਇਲਾਜ ਅਧੀਨ ਡਾਕਟਰ ਬਲਜੀਤ ਸ਼ੋਕਰ ਨੇ ਦੱਸਿਆ, ਲੜਕੀ ਅਤੇ ਲੜਕੇ ਦੇ ਪਰਿਵਾਰ ਵਿਚਕਾਰ ਫੈਸਲੇ ਦੀ ਗੱਲ ਚੱਲ ਰਹੀ ਸੀ, ਜਿਸ ਦੌਰਾਨ ਲੜਕੇ ਦੇ ਪਰਿਵਾਰ ਦੇ ਇਕਬਾਲਜੀਤ ਸਿੰਘ ਅਤੇ ਉਸ ਦਾ ਪੁੱਤਰ ਜਗਜੀਤ ਸਿੰਘ ਵੱਲੋਂ ਰਾਜ਼ੀਨਾਮਾ 'ਚ ਆਏ ਵਿਅਕਤੀਆਂ ਨੂੰ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਮੈਂ ਉਸ ਨੂੰ ਕਿਹਾ ਤੁਸੀਂ ਗਾਲੀ ਗਲੋਚ ਨਾ ਕਰੋ, ਜਿਸ ਤੋਂ ਬਾਅਦ ਗੁੱਸੇ 'ਚ ਆ ਕੇ ਜਗਜੀਤ ਸਿੰਘ ਅਤੇ ਉਸ ਦੇ ਪਿਤਾ ਇਕਬਾਲਜੀਤ ਸਿੰਘ ਨੇ ਮੇਰੇ 'ਤੇ ਹਮਲਾ ਕਰਕੇ ਮੈਨੂੰ ਜ਼ਖਮੀ ਕਰਕੇ ਮੇਰੇ ਗਲੇ ਵਿੱਚੋਂ ਪਾਈ ਹੋਈ ਸੋਨੇ ਦੀ ਚੈਨ ਖਿੱਚ ਕੇ ਭੱਜ ਗਏ। ਜ਼ਖਮੀ ਹਾਲਤ 'ਚ ਮੈਨੂੰ ਫਲੌਰ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ। ਬਲਜੀਤ ਸਿੰਘ ਸ਼ੋਕਰ ਨੇ ਦੱਸਿਆ, ਮੌਕੇ 'ਤੇ ਲੋਕਾਂ ਨੇ ਇਕਬਾਲਜੀਤ ਸਿੰਘ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਥਾਣਾ ਫਲੌਰ ਦੇ ਥਾਣੇਦਾਰ ਸੁਰਿੰਦਰਪਾਲ ਮੌਕੇ 'ਤੇ ਪਹੁੰਚੇ। ਉਹਨਾਂ ਨੇ ਬਲਜੀਤ ਸਿੰਘ ਸ਼ੋਕਰ ਦੇ ਬਿਆਨ ਦੇ ਆਧਾਰ 'ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ। ਫਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ, ਲਿੰਕ ਨੂੰ ਲਾਇਕ 'ਤੇ ਸ਼ੇਅਰ ਕਰੋ। ਮੈਂ ਜਦੋਂ ਅਸੀਂ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਗੰਨਾ ਪਿੰਡ ਰੋਡ ਦੇ ਉੱਪਰ, ਹਾਂਜੀ, ਅਤੇ ਕੰਪਰੋਮਾਈਜ਼ ਚੱਲਦਾ ਸੀ ਜੀ, ਜੋ ਕਿ ਛੋਟੀ ਰੋਡ ਤੋਂ ਕੁੜੀ ਆ, ਹਾਂਜੀ, ਅਤੇ ਭੈਣੀ ਤੂੰ ਆ ਜੀ, ਬਾਲ ਸਿੰਘ ਵਾ ਉਹਦਾ ਬੇਟੀ ਦਾ ਜੀ, ਕੋਈ ਚੱਲਦਾ ਸੀ ਨਾ ਮਸਲਾ ਜੀ ਜੀ, ਮੈਨੂੰ ਬੁਲਾਇਆ ਗਿਆ ਅਤੇ ਉੱਥੇ ਨਾ ਮੁੰਡਾ ਪਹਿਲਾਂ ਤਾਂ ਕੁੜੀ ਨੂੰ ਗਾਲਾ ਲਾਪਿਆ ਕੱਢਣ ਜੀ, ਜਿਹੜੀ ਉਹਦੀ ਵਾਈਫ ਸੀ, ਹਾਂਜੀ ਹਾਂਜੀ, ਅਤੇ ਬਾਅਦ ਦੇ ਵਿੱਚ ਸਾਡੀ ਮੈਡਮ ਆ ਹਾਂਜੀ ਹਾਂਜੀ ਛੋਟੇ ਲੜਕੇ ਤੋਂ ਜੀ ਜੀ, ਬਹੁਤ ਗੰਦੀਆਂ ਗਾਲਾਂ ਕੱਢਦਾ ਸੀ ਜੀ, ਅਤੇ ਅਸੀਂ ਉਹਨੂੰ ਕਿਹਾ ਯਾਰ ਇੱਦਾਂ ਚੰਗਾ ਨਹੀਂ ਲੱਗਦਾ ਮੇਰਾ ਵੀਰ, ਹਾਂਜੀ, ਦਫ਼ਤਰ ਆ ਕੇ ਬੰਦਿਆਂ 'ਚ ਇੱਦਾਂ ਨਹੀਂ ਬੋਲੀਦਾ, ਹਾਂਜੀ, ਉਹ ਪਤਾ ਨਹੀਂ ਉਹਦੇ ਕੀ ਮਨ 'ਚ, ਉਹਦੇ ਹੱਥ 'ਚ ਕੜਾ ਸੀ, ਹਾਂਜੀ, ਮੈਨੂੰ ਤਾਂ ਪਤਾ ਵੀ ਨਹੀਂ ਲੱਗਾ, ਮੈਂ ਕੋਲ ਹੀ ਖੜਾ ਸੀ, ਹਾਂਜੀ, ਉਹਨੇ ਮੇਰੇ ਇੱਕ ਸਿਰ 'ਚ ਅਤੇ ਇੱਕ ਦੋ ਇੱਥੇ ਕੜੇ ਮਾਰ ਦਿੱਤੇ ਜੀ ਜੀ, ਅਤੇ ਉਹਦਾ ਡੈਡੀ ਸੀ ਨਾਲ ਇਕਬਾਲ, ਹਾਂਜੀ, ਅਤੇ ਉਹ ਨਾਲੇ ਬੋਲੀ ਬੋਲੀ ਗਿਆ, ਨਾਲੇ ਫੜੀ ਗਿਆ ਸਾਨੂੰ, ਅਤੇ ਬਸ ਇੰਨਾ ਹੀ, ਸਾਨੂੰ ਤਾਂ ਹੋਰ ਕੁਛ ਨਹੀਂ ਪਤਾ ਲੱਗਾ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਦੇ। ਉਹ ਆਪ ਮੌਜੂਦ ਨਹੀਂ ਹੈਗੇ? ਪ੍ਰਿੰਸੀਪਲ ਸਾਹਿਬ ਕਹਿੰਦੇ ਸੀ ਤੁਸੀਂ ਕੰਪਰੋਮਾਈਜ਼ ਕਰਾ ਦਿਓ ਇਹਨਾਂ ਦਾ ਜੀ, ਅਤੇ ਮੈਨੂੰ ਸੀਮਾ ਰਾਣੀ ਉਹਨਾਂ ਦਾ ਫੋਨ ਆਇਆ ਸੀ, ਹਾਂ ਹਾਂ, ਅਤੇ ਉਹ ਆਪ ਕਿਤੇ ਫੰਕਸ਼ਨ 'ਚ ਗਏ ਸੀਗੇ ਜੀ ਜੀ, ਹਾਂਜੀ, ਠੀਕ ਹੈ, ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ? ਕੀ ਬਸ ਇਹੀ ਆ ਕਿ ਜੋ ਉਹਨਾਂ 'ਤੇ ਬਣਦੀ ਕਾਰਵਾਈ ਹੋ ਚੁੱਕੀ, ਸਹੀ ਫਲੋਰ ਥਾਣੇ ਸੁਣਾਤਾ, ਅੱਜ ਕਾਲ ਆਈ ਵੀ ਆਮ ਪਾਰਟੀ ਦਫ਼ਤਰ ਸਲਵਰ ਰੋਡ 'ਤੇ ਦੋ ਧਿਰ ਆਪਸੀ ਰਾਜਨੀਤੀ ਸੰਬੰਧੀ ਇਕੱਠੀਆਂ ਹੋਈਆਂ ਸੀ, ਜੋ ਕਿ ਉਹਨਾਂ ਦਾ ਆਪਸੀ ਲੜਾਈ ਝਗੜਾ ਹੋ ਗਿਆ। ਹਾਂਜੀ, ਕੀ ਕਿੱਦਾਂ ਹਾਲਾਤ ਹੈ ਜਿਹੜਾ ਦਾਖਲ? ਬਿਲਕੁਲ ਠੀਕ ਆ, ਪੇਸ਼ੈਂਟ ਦੇ ਬਿਆਨ ਲੈ ਰਹੇ ਨੇ, ਮਜ਼ਰੂਬ ਦੇ ਬਿਆਨ ਲੈ ਕੇ ਜੋ ਵੀ ਬਿਆਨ ਲਿਖਾਊਂਗਾ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਕੀ ਦੱਸਿਆ ਉਹਨਾਂ ਨੇ ਬਿਆਨ, ਕੀ ਗੱਲ ਹੋਈ? ਬਿਆਨ ਲੈ ਰਹੇ ਹਾਂ, ਬਿਆਨ ਲੈਣ ਤੋਂ ਬਾਅਦ ਦੱਸਾਂਗੇ ਜੋ ਵੀ ਕਾਨੂੰਨੀ ਕਾਰਵਾਈ। ਕੋਈ ਉਹਨਾਂ ਦੇ ਪਰਿਵਾਰ ਦਾ ਵਿਅਕਤੀ ਅਰੈਸਟ ਕੀਤਾ ਹੋਇਆ? ਹਾਂ, ਜਿਹੜਾ ਉਹਦੀ ਭੇਜਿਆ ਮੌਕੇ 'ਤੇ ਫੜਾਇਆ ਸੀ, ਉਸ ਸਮੇਂ ਬੁਲਾਇਆ ਗਿਆ ਰਾਤ।